ਲੱਛਣ ਮਾਰਨ ਹਾਂ ਲੋਹਰ ਮਾਰਨ ਨਾਤਿਆ ਦੁੱਖ ਦੂਰ ਹੋ ਜਾਂਦੇ ਸੀ ਬੁੱਢੀਆਂ ਨਹਾਉਂਦੀਆਂ ਸੀ ਉੱਥੇ ਅਠਰਾ ਵਾਲੀ ਉਹਨਾਂ ਦਾ ਅਠਰਾ ਹਟ ਜਾਂਦਾ ਸੀ ਬਹੁਤ ਬਹੁਤ ਦੂਰਾਂ ਤੋਂ ਲੋਕ ਆਉਂਦੇ ਨਹਾਉਂਦੇ ਸੀ ਉੱਥੇ ਮੰਨੀ ਪਰ ਮੰਨੀ ਜਗ੍ਹਾ ਸੀ ਹਾਂ ਤੇ ਟੇਸ਼ਨ ਦਬੁਰਜੀ ਦਾ ਹੁੰਦਾ ਸੀ ਆਹੋ ਉਹਦੇ ਵੀ ਦੁੱਖ ਨਿਵਾਰਨ ਹੀ ਲਿਖਿਆ ਇਹ ਅੱਛਾ ਉਹਦੇ ਤੇ ਵੀ ਦੁੱਖ ਨਿਵਾਰਨ ਲਿਖਿਆ ਹਾਂ ਉਹ ਉਹ ਕਹਿਣਾ ਵੀ ਪਿੰਡ ਲਾਗੇ ਸੀ ਨਾ ਦਬੁਰਜੀ ਜੀ ਜੀ ਹਾਂ ਜਿੱਦਾਂ ਉਹ ਵੱਡੀ ਸੜਕ 'ਤੇ ਲੈਣ ਚੱਲਣ ਲਈ ਆ ਇੱਥੇ ਪਿੰਡ ਆ ਇੱਧਰਲੇ ਬੰਨੇ ਸੜਕ ਚੱਲਣ ਲਈ ਸਹੀ ਟਾਂਗਾ ਵਾਹੁੰਦਾ ਹੁੰਦਾ ਸੀ ਇੱਕ ਦਿਆਲ ਸਿੰਘ ਚੂੜਾ ਦਿਆਲ ਸਿੰਘ ਹਾਂ ਉਹ ਤੁਹਾਡੇ ਪਿੰਡ ਦਾ ਸੀਗਾ ਟਾਂਗਾ ਵਾਹੁੰਦਾ ਸੀ ਟਾਂਗਾ ਵਾਹੁੰਦਾ ਸੀ ਉਹ ਹੀ ਆਪਣਾ ਸਾਡਾ ਕੰਮ ਕਰਦੇ ਸੀ ਅੱਛਾ ਹਾਂ ਉਹਦੀ ਘਰ ਦੀ ਜਿਹੜੀ ਸੀ ਉਹ ਗੋਹਾ ਕੂੜਾ ਸੁੱਟਦੀ ਹੁੰਦੀ ਅੱਛਾ ਮੱਝਾਂ ਹੇਠੋਂ ਗੋਹਾ ਗਾਹ ਕੂੜਾ ਚੁੱਕ ਕੇ ਸਾਰਾ ਉਹ ਢੇਰ 'ਤੇ ਰੂੜੀ 'ਤੇ ਸੁੱਟ ਆਉਣਾ ਅਤੇ ਮੈਂ ਥੱਲੇ ਬਾਂਝਾਂ ਬੂੰਝਾਂ ਵਿਹੜੇ 'ਚ ਮਾਰ ਦੇਣਾ ਲੋਕ ਆਪਸ ਦੇ ਵਿੱਚ ਕੰਮਾਂ ਕਾਰਾਂ ਦੇ ਨਾਲ ਜੁੜੇ ਹੋਏ ਸੀਗੇ ਮਿਲਣ ਵਰਤਣ ਚੰਗਾ ਸੀਗਾ ਆ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਸੀਗੇ ਕੰਮ ਆਉਂਦੇ ਅੱਜ ਤਾਂ ਘਰ ਦੇ ਨਾਲ ਜਿਹੜਾ ਘਰ ਬਣਿਆ ਬੂਹੇ ਦੇ ਨਾਲ ਬੂਹਾ ਉਹ ਬੰਦੇ ਨੂੰ ਨਹੀਂ ਪਤਾ ਹੁੰਦਾ ਕੌਣ ਹੈ